ਆਪਣੀ ਰਿਐਕਸ਼ਨ ਦਾ ਰੀਜ਼ਨ ਹੁੰਦਾ ਹੈ ਕਿਉਂਕਿ ਆਪਾਂ ਬਹੁਤ ਜ਼ਿਆਦਾ ਓਵਰ ਇਮੋਸ਼ਨਲ ਆ, ਓਵਰ ਜ਼ਿਆਦਾ ਸੈਂਸਿਟਿਵ ਆ, ਕਿਸੇ ਦਾ ਦੁੱਖ ਵੀ ਬਹੁਤ ਜ਼ਿਆਦਾ ਮਹਿਸੂਸ ਕਰੀਦਾ ਆ, ਹੈ ਨਾ, ਜਦੋਂ ਆਪਦੇ ਨਾਲ ਕੋਈ ਮਾੜਾ ਕਰਦਾ ਆ ਤਾਂ ਅਸੀਂ ਉਸ ਚੀਜ਼ ਨੂੰ ਵੀ ਬਹੁਤ ਵੱਡਾ ਕਰਕੇ ਦੇਖਦੇ ਹਾਂ। ਸੱਚੀ ਜਿਹੜੇ ਬਹੁਤ ਜ਼ਿਆਦਾ ਇਮੋਸ਼ਨਲ ਲੋਕ ਹੁੰਦੇ ਆ ਨਾ, ਉਹ ਮੈਨੂੰ ਲੱਗਦਾ ਵੀ ਦੂਜੇ ਬੰਦੇ ਲਈ ਤਾਂ ਜ਼ਰੂਰ ਮਤਲਬ ਸਮੱਸਿਆ ਬਣਦੇ ਆ, ਉਹ ਸਭ ਤੋਂ ਵੱਡੀ ਸਮੱਸਿਆ ਆਪਣੇ ਲਈ ਹੁੰਦੇ ਆ। ਕਈ ਵਾਰੀ ਜਿਹੜੇ ਮਤਲਬ ਬਹੁਤ ਜ਼ਿਆਦਾ ਭਾਵੁਕ ਇਨਸਾਨ ਹੁੰਦੇ ਨੇ, ਉਹ ਬਹੁਤ ਸਾਰੀਆਂ ਗੱਲਾਂ ਨੂੰ ਆਪਣੇ ਅੰਦਰ ਰੱਖ ਰੱਖ ਕੇ ਬਹੁਤ ਵੱਡਾ ਕਰ ਲੈਂਦੇ ਨੇ, ਫਿਰ ਜਿਵੇਂ ਤੁਸੀਂ ਕਿਹਾ ਉਹ ਐਂਡ 'ਤੇ ਆ ਕੇ ਉਹ ਚੀਜ਼ਾਂ ਬਲਾਸਟ ਹੋ ਜਾਂਦੀਆਂ ਨੇ, ਹੈ ਨਾ। ਕਈ ਮੇਰੇ ਵਰਗੇ ਹੁੰਦੇ ਵੀ ਦਿਲ 'ਚ ਇੰਨਾ ਕੁਛ ਲਈ ਬੈਠੇ ਹੁੰਦੇ, ਮੈਨੂੰ ਲੱਗਦਾ ਹੁੰਦਾ ਵੀ ਤੂੰ ਤਾਂ ਦੁਨੀਆ 'ਤੇ ਆਇਆ ਹੀ ਮੈਨੂੰ ਤੰਗ ਕਰਨ ਲਈ। ਮੰਨ ਲਓ ਵੀ ਗੁੱਸਾ ਹੈ ਨਾ, ਹਿਊਮਨ ਨੇਚਰ ਆ, ਤੁਹਾਨੂੰ ਵੀ ਆਉਂਦਾ, ਮੈਨੂੰ ਵੀ ਆਉਂਦਾ, ਹਰ ਇਨਸਾਨ ਨੂੰ ਆਉਂਦਾ ਹੈ, ਹੈ ਨਾ। ਪਰ ਉਹ ਗੁੱਸੇ ਦੀ ਜਿਹੜੀ ਮਿਆਦ ਆ ਨਾ, ਉਹ ਛੋਟੀ ਹੋਣੀ ਚਾਹੀਦੀ ਆ। ਤੁਹਾਡੇ ਕੋਈ ਸੱਟ ਲੱਗੀ ਹੋਊ ਮੈਨੂੰ ਪਤਾ ਲੱਗ ਜਾਊ, ਹੈ ਨਾ, ਪਰ ਤੁਹਾਡੀ ਮਾਨਸਿਕਤਾ 'ਚ ਕੀ ਆ ਉਹ ਸ਼ਾਇਦ ਮੈਨੂੰ ਕਈ ਸਾਲ ਤੱਕ ਨਹੀਂ ਪਤਾ ਚੱਲੂ, ਉਹ ਮੈਨੂੰ ਉਦੋਂ ਹੀ ਪਤਾ ਚੱਲੂ ਜਦੋਂ ਤੁਸੀਂ ਐਕਸਪ੍ਰੈਸ ਕਰੋਗੇ। ਅਸੀਂ ਦੋਵੇਂ ਹਸਬੈਂਡ ਵਾਈਫ ਗੱਲ ਕਰ ਰਹੇ ਸੀਗੇ ਅਤੇ ਅਸੀਂ ਕਿਹਾ ਵੀ ਇੰਨੀ ਜ਼ਿਆਦਾ ਆਪਾਂ ਮਤਲਬ ਮਿਸਅੰਡਰਸਟੈਂਡਿੰਗ ਜੀ ਆਪਣੇ 'ਚ ਕਿਉਂ ਹੋ ਜਾਂਦੀ ਹੈ ਕਈ ਵਾਰੀ, ਫਿਰ ਅਸੀਂ ਉਹਦਾ ਇਹ ਸਿੱਟਾ ਕੱਢਿਆ ਵੀ ਆਪਾਂ ਕਲੀਅਰ ਨਹੀਂ ਕਰਦੇ ਹੈਗੇ, ਆਪਾਂ ਗੱਲ ਨਹੀਂ ਕਰਦੇ, ਗੱਲ ਨਹੀਂ ਕਲੀਅਰ ਕਰਦੇ ਹੈਗੇ। ਅਸਲ ਦੇ ਵਿੱਚ ਆਪਾਂ ਗੁੱਸਾ ਹੀ ਦਿਖਾਈ ਜਾਂਦੇ ਹਾਂ ਕਿ ਮੈਨੂੰ ਗੁੱਸਾ, ਮੈਨੂੰ ਗੁੱਸਾ, ਮੈਨੂੰ ਗੁੱਸਾ, ਪਰ ਗੁੱਸੇ ਦੀ ਵਜ੍ਹਾ ਕੀ ਆ ਅਸੀਂ ਉਹ ਕਦੇ ਨਹੀਂ ਦੱਸਦੇ ਇੱਕ ਦੂਜੇ ਨੂੰ। ਛੋਟੀ ਜਿਹੀ ਚੀਜ਼ ਨੂੰ ਆਪਣੇ ਈਗੋ 'ਤੇ ਲੈ ਜਾਂਦੇ ਹਾਂ, ਅਸੀਂ ਕਹਿੰਦੇ ਵੀ ਇਹ ਤਾਂ ਮੇਰੀ ਸੈਲਫ ਰਿਸਪੈਕਟ ਨੂੰ ਹਰਟ ਕਰ ਗਈ, ਪਰ ਉਸ ਟਾਈਮ ਤੁਹਾਡੀ ਈਗੋ ਹਰਟ ਹੋਈ ਹੁੰਦੀ ਆ। ਬਹੁਤ ਸਾਰੇ ਹਾਦਸੇ ਵੀ ਵਾਪਰਦੇ ਨੇ ਤੁਹਾਡੇ ਨਾਲ, ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਵਾਪਰਦੀਆਂ ਨੇ, ਹੈ ਨਾ, ਪਰ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਚੰਗੀਆਂ ਚੀਜ਼ਾਂ ਨੂੰ ਐਕਸੈਪਟ ਕਰਦੇ ਹੋ ਤਾਂ ਤੁਹਾਨੂੰ ਹਾਦਸਿਆਂ ਨੂੰ ਵੀ ਐਕਸੈਪਟ ਕਰਨਾ ਚਾਹੀਦਾ ਆ। ਡਿਪਰੈਸ਼ਨ ਵਾਲਾ ਬੰਦਾ ਜਾਂ ਇੱਕ ਇਮੋਸ਼ਨਲ ਬੰਦਾ ਆਪਣੇ ਪਰਿਵਾਰ ਲਈ ਕਿੱਡੀ ਸਮੱਸਿਆ ਕਈ ਵਾਰੀ ਬਣ ਜਾਂਦਾ ਵੀ ਆਪਾਂ ਸੋਚ ਵੀ ਨਹੀਂ ਸਕਦੇ ਵੀ ਉਹਦੇ ਨਾਲ ਰਹਿਣਾ ਸਾਹਮਣੇ ਵਾਲੇ ਨੂੰ ਕਿੰਨਾ ਔਖਾ ਹੋ ਜਾਂਦਾ। ਵੀ ਸੋਸ਼ਲ ਵੇਖ ਰਹੇ ਹੋ ਤੁਸੀਂ, ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ, ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਪ੍ਰੋਗਰਾਮ ਗੱਲ 'ਤੇ ਗੱਲ ਦਾ ਨਵਾਂ ਐਪੀਸੋਡ ਲੈ ਕੇ ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਹਾਂ, ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਭੈਣ ਰੁਪਿੰਦਰ ਸੰਧੂ ਹੋਣਗੇ। ਅੱਜ ਆਪਾਂ ਗੱਲਬਾਤ ਕਰਾਂਗੇ ਕਿ ਆਪਣੇ ਆਲੇ ਦੁਆਲੇ ਤੁਹਾਡੇ ਪਰਿਵਾਰਾਂ ਦੇ ਵਿੱਚ ਜਾਂ ਫਿਰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਜਾਂ ਫਿਰ ਜਿਸ ਜਗ੍ਹਾ ਆਪਾਂ ਕੰਮ ਕਰਦੇ ਹਾਂ, ਤਕਰੀਬਨ ਹਰ ਜਗ੍ਹਾ ਹੀ, ਹੈ ਨਾ, ਹਰ ਤਰ੍ਹਾਂ ਦੇ ਲੋਕ ਹੁੰਦੇ ਨੇ। ਤਾਂ ਕਈ ਲੋਕ ਹੁੰਦੇ ਨੇ ਕਿ ਜਿਹੜੇ ਕਿ ਮਾਨਸਿਕ ਤੌਰ 'ਤੇ ਬਹੁਤ ਜ਼ਿਆਦਾ ਭਾਵੁਕ ਇਨਸਾਨ ਹੁੰਦੇ ਨੇ, ਓਵਰ ਇਮੋਸ਼ਨਲ ਹੁੰਦੇ ਨੇ, ਓਵਰ ਸੈਂਸਿਟਿਵ ਹੁੰਦੇ ਨੇ, ਹੈ ਨਾ। ਤਾਂ ਉਹ ਮਤਲਬ ਕੋਈ ਮਾੜੀ ਗੱਲ ਨਹੀਂ ਆ, ਪਰ ਕਈ ਵਾਰੀ ਉਹਨਾਂ ਦਾ ਓਵਰ ਇਮੋਸ਼ਨਲ ਹੋਣਾ, ਓਵਰ ਸੈਂਸਿਟਿਵ ਹੋਣਾ, ਉਹਨਾਂ ਦੀ ਇਹ ਨੇਚਰ ਆ ਜਿਹੜੀ ਉਹਨਾਂ ਦੇ ਆਪਦੇ ਲਈ ਵੀ ਅਤੇ ਉਹਨਾਂ ਦੇ ਆਲੇ ਦੁਆਲੇ ਦੇ ਲਈ ਵੀ ਕਈ ਵਾਰ ਦਿੱਕਤ ਖੜੀ ਕਰ ਦਿੰਦਾ ਆ, ਹੈ ਨਾ। ਕਈ ਵਾਰੀ ਸਾਡਾ ਬਹੁਤ ਜ਼ਿਆਦਾ ਭਾਵੁਕ ਹੋਣਾ ਸਾਨੂੰ ਖੁਦ ਨੂੰ ਵੀ ਤੰਗ ਕਰਦਾ ਆ ਅਤੇ ਖੁਦ ਤੰਗ ਹੁੰਦਿਆਂ ਹੋਇਆ ਜਿਹੜਾ ਫਿਰ ਸਾਡਾ ਰਵੱਈਆ ਬਣ ਜਾਂਦਾ ਆ, ਤਾਂ ਉਹਦੇ ਨਾਲ ਸਾਡਾ ਆਲਾ ਦੁਆਲਾ ਵੀ ਬਹੁਤ ਜ਼ਿਆਦਾ ਤੰਗ ਹੋ ਜਾਂਦਾ ਆ। ਕਈ ਵਾਰੀ ਇਹ ਹੁੰਦਾ ਕਿ ਸਾਡੇ ਬਹੁਤ ਜ਼ਿਆਦਾ ਓਵਰ ਇਮੋਸ਼ਨਲ ਅਤੇ ਓਵਰ ਸੈਂਸਿਟਿਵ ਹੋਣ ਦੇ ਕਾਰਨ ਕਈ ਵਾਰ ਘਰ 'ਚ ਜਦੋਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਹੋ ਜਾਂਦੀਆਂ ਨੇ ਸਾਨੂੰ ਨਹੀਂ ਦੱਸੀਆਂ ਜਾਂਦੀਆਂ, ਹੈ ਨਾ, ਜਾਂ ਕਈ ਵਾਰੀ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿ ਅਸੀਂ ਕਈ ਵਾਰੀ ਸਾਹਮਣੇ ਵਾਲੇ ਬੰਦੇ ਦਾ ਮਤਲਬ ਬੰਦੇ ਦੀ ਉਹ ਇੰਟੈਂਸ਼ਨ ਨਹੀਂ ਹੁੰਦੀ, ਪਰ ਸਾਨੂੰ ਲੱਗਦਾ ਹੈ ਕਿ ਨਹੀਂ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਅਤੇ ਅਸੀਂ ਖੁਦ ਹੀ ਹਰਟ ਹੋ ਜਾਂਦੇ ਹਾਂ, ਹੈ ਨਾ, ਅਤੇ ਤਕਲੀਫ 'ਚ ਚਲੇ ਜਾਂਦੇ ਹਾਂ ਅਤੇ ਉਹਨਾਂ ਚੀਜ਼ਾਂ ਨੂੰ ਅਸੀਂ ਐਕਸਪ੍ਰੈਸ ਵੀ ਨਹੀਂ ਕਰ ਪਾਉਂਦੇ ਹੈਗੇ, ਆਪਣੇ ਅੰਦਰੋਂ ਕੱਢਦੇ ਹੀ ਨਹੀਂ ਆ। ਸੋ ਅੱਜ ਆਪਾਂ ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ ਕਿ ਇਹ ਇੱਕ ਸੁਭਾਅ ਹੈ ਜਿਹੜਾ ਕਿ ਤੇਰੇ ਮੇਰੇ ਅਰਕਾ ਕੋਈ ਨਹੀਂ ਸਹੀ ਕਰ ਸਕਦਾ, ਸਾਨੂੰ ਖੁਦ ਨੂੰ ਹੀ ਸਹੀ ਕਰਨਾ ਪੈਂਦਾ ਹੁੰਦਾ ਆ, ਅਤੇ ਬਹੁਤ ਵੱਡੀ ਕੋਈ ਐਡੀ ਦਿੱਕਤ ਵਾਲੀ ਗੱਲ ਵੀ ਨਹੀਂ ਹੈਗੀ ਕਿ ਤੁਸੀਂ ਆਪਣੇ ਇਸ ਸੁਭਾਅ ਨੂੰ ਬਦਲ ਨਹੀਂ ਸਕਦੇ। ਇਸ ਵਿਸ਼ੇ 'ਤੇ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਭੈਣ ਰੁਪਿੰਦਰ ਸੰਧੂ ਨੇ, ਉਹਨਾਂ ਨੂੰ ਅਸੀਂ ਜੇ ਆਏ ਕਹਿੰਦੇ ਹਾਂ। ਭੈਣੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਿੱਦੇਵ, ਕੀ ਹਾਲ ਆ? ਬਹੁਤ ਵਧੀਆ, ਠੀਕ ਠਾਕ। ਵੈਸੇ ਵਿਸ਼ਾ ਤਾਂ ਮੈਨੂੰ ਉਹ ਵੀ ਸੋਹਣਾ ਲੱਗਿਆ ਸੀ ਜਿਹੜਾ ਰਾਜਪੁਰਾ ਭਾਅ ਜੀ ਸੁਜੈਸਟ ਕਰਕੇ ਗਏ ਸੀ, ਵੀ ਉਹਨਾਂ ਲੋਕਾਂ 'ਤੇ ਪ੍ਰੋਗਰਾਮ ਕਰਦੇ ਆ ਜਿਹੜੇ ਕਿ ਆਪਦੀਆਂ ਘਰਵਾਲੀਆਂ ਨੂੰ ਪਿੱਛੇ ਬਿਠਾ ਕੇ ਮੋਟਰਸਾਈਕਲ ਬਹੁਤ ਤੇਜ਼ ਚਲਾਉਂਦੇ ਆ। ਭਾਅ ਜੀ ਦਾ ਮੁੱਦਾ ਤਾਂ ਨਾ ਅਸਲ 'ਚ ਘਰ ਵਾਲੇ ਅਤੇ ਘਰਵਾਲੀਆਂ 'ਤੇ ਹੀ ਰਹਿੰਦਾ, ਅਤੇ ਮੈਨੂੰ ਲੱਗਦਾ ਵੀ ਜਿੱਦਣ ਆਪਾਂ ਨੂੰ ਲੱਗੇ ਨਾ ਵੀ ਆਪਾਂ ਨੂੰ ਥੋੜ੍ਹੀਆਂ ਗਾਲਾਂ ਗਾਣੀਆਂ ਨੇ, ਉੱਦਣ ਕਰਾਂਗੇ ਜ਼ਰੂਰ। ਅਤੇ ਤੁਹਾਨੂੰ ਲੱਗਦਾ ਕਿ ਜਿਵੇਂ ਆਪਾਂ ਵੀ ਗੱਲ ਕਰਦੇ ਹੁੰਦੇ ਹਾਂ ਕਿ ਅੱਜ ਮੇਰੀ ਆਵਾਜ਼ ਥੋੜ੍ਹੀ ਜਿਹੀ ਉਹ ਆ ਨਾ, ਆਪਾਂ ਵੀ ਗੱਲ ਕਰਦੇ ਹੁੰਦੇ ਹਾਂ ਵੀ ਤੁਸੀਂ ਵੀ ਅਤੇ ਮੈਂ ਵੀ, ਹੈ ਨਾ, ਜਾਂ ਮੈਂ ਆਪਦੇ ਭੈਣ ਭਰਾ ਦੀ ਵੀ ਗੱਲ ਦੱਸਦੀ ਹੁੰਦੀ ਹਾਂ ਵੀ ਅਸੀਂ ਬਹੁਤ ਜ਼ਿਆਦਾ ਰਿਜ਼ਰਵ ਅਤੇ ਬਹੁਤ ਜ਼ਿਆਦਾ ਓਵਰ ਇਮੋਸ਼ਨਲ ਆ, ਹੈ ਨਾ। ਕਿੰਨੀਆਂ ਸਾਰੀਆਂ ਗੱਲਾਂ ਨੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਪਰਿਵਾਰ 'ਚ ਦੂਜੇ ਬੰਦੇ ਨੂੰ ਲੱਗਦਾ ਹੀ ਨਹੀਂ ਹੁੰਦਾ ਕਿ ਮਤਲਬ ਐਡੀ ਕੋਈ ਗੱਲ ਕਹੀ ਆ ਜਾਂ ਐਡੀ ਕੋਈ ਗੱਲ ਹੋਈ ਆ, ਹੈ ਨਾ, ਵੀ ਜਿੰਨਾ ਤੁਸੀਂ ਰਿਐਕਟ ਕੀਤਾ, ਹੈ ਨਾ। ਆਪਣੀ ਰਿਐਕਸ਼ਨ ਦਾ ਰੀਜ਼ਨ ਹੁੰਦਾ ਹੈ ਕਿਉਂਕਿ ਆਪਾਂ ਬਹੁਤ ਜ਼ਿਆਦਾ ਓਵਰ ਇਮੋਸ਼ਨਲ ਆ, ਓਵਰ ਜ਼ਿਆਦਾ ਸੈਂਸਿਟਿਵ ਆ,
किसी का दुख भी बहुत ज़्यादा महसूस करीदा आ, है ना, जो आप दे नाल कोई माड़ा करता है तो असं उस चीज़ को भी बहुत व्डा करके देखते हैं, है ना। तो वो एक साड़ी नेचर आ, कई बार चीज़ा इन व्डिया होंदिया ने जिन्हें सानू लगन लग जाए, है ना। पर बहुत हद तक भैने मैं अपनी इस नेचर पर काम किया, है ना। मैं इन्नी ज़्यादा तंग होंगी सी अपने सुभा को लैके भी, जिमें साड़ी किसी दूर की रिश्तेदारी भी जो मर्ग हो जाती सी, है ना, जा पिंड आले दुआले पिंड साड़ी कितने किसी बहुत अजीज़ की हो जाती सी, तो मैनू छेती छेती घर के दसते नहीं सी होंगे, है ना, क्योंकि उन्होंने लगता होंगे सी भी इन्हें मतलब दिल में ला लेनी है गल, है ना। तो फिर उस चीज़ को लैके मैं सोची जाती होंगी सी किन्ने किन्ने दिन, है ना। तो वो मेरा पूरा परिवार ही सफ़र करता होंगे सी, है ना, सारे आता सी भी ठीक है कोई गल नहीं परमात्मा की मर्जी, ईवन जे साडे घर कोई जानवर भी मर जाता हों ना भी मैंने छेती छेती नहीं दसते होंगे भी इन्हें रो रो बुरा हाल कर लेना, है ना। पर उहदे नाल की हुंदा सी मैं आप तो तंग होंगी होंगी सी, पर जिहड़ा मेरे मतलब चार पाँच दिन मेरे करके जो माहौल बनया हुंदा सी ना, बाकी सारे परिवार के मैंबर भी बहुत ज़्यादा तंग हो जाते सी। तो मैं लग्या भी मतलब ठीक आ, दुनिया तो बहुत वड्डिया वड्डिया गल्लां हो जांदियां नेगियां, है ना, भी कई बार तुसीं बहुत छोटी जिही गल नूं लैके इन्ने ज़्यादा अपसैट हो जाते हो क्योंकि तुसीं दिल दे बहुत कमज़ोर हो, है ना, भी चीज़ां नूं बहुत बरीकी नाल बहुत सेंसिटिविटी नाल देखते हो, तो तुसीं आप तो तंग होंदे हुंदे हो ते नाल दूजिआं नूं भी करदे हो। फिर मैं उन्हां चीज़ां नूं मतलब बाहर आउण दी कोशिश कीती कि नहीं दुनिया लाइफ आ जिहड़ी उह जदों तुसीं अगे वधोगे तां बहुत सारियां हादसे जां बहुत सारियां ਚੰਗੀਆਂ ਚੀਜ਼ਾਂ ਤੁਹਾਡੇ ਨਾਲ ਵਾਪਰਨਗੀਆਂ, ਪਰ ਉਹ ਤੁਸੀਂ ਤਾਂ ਹੀ ਸਹਿ ਸਕਦੇ ਹੋ ਜੇ ਤੁਸੀਂ ਦਿਲ ਤੋਂ ਦਿਮਾਗ ਤੋਂ ਬਹੁਤ ਜ਼ਿਆਦਾ ਮਜ਼ਬੂਤ ਇਨਸਾਨ ਹੋ। ਬਿਲਕੁਲ ਗੁਰਦੀਪ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਸੱਚੀ ਜਿਹੜੇ ਬਹੁਤ ਜ਼ਿਆਦਾ ਇਮੋਸ਼ਨਲ ਲੋਕ ਹੁੰਦੇ ਆ ਨਾ, ਉਹ ਮੈਨੂੰ ਲੱਗਦਾ ਵੀ ਦੂਜੇ ਬੰਦੇ ਲਈ ਤਾਂ ਜ਼ਰੂਰ ਮਤਲਬ ਸਮੱਸਿਆ ਬਣਦੇ ਆ, ਉਹ ਸਭ ਤੋਂ ਵੱਡੀ ਸਮੱਸਿਆ ਆਪਣੇ ਲਈ ਹੁੰਦੇ ਨੇ, ਆਪਣੇ ਆਪ ਲਈ ਹੁੰਦੇ ਨੇ। ਆਪਾਂ ਇਹ ਵੀ ਚੀਜ਼ ਭੈਣੇ ਕਲੀਅਰ ਕਰ ਦਈਏ ਵੀ ਇਹ ਕੋਈ ਮਾੜੀ ਗੱਲ ਨਹੀਂ ਆ ਓਵਰ ਇਮੋਸ਼ਨਲ ਹੋਣਾ, ਪਰ ਹਾਂ ਇਸ ਚੀਜ਼ ਤੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ, ਬਹੁਤ ਜ਼ਰੂਰੀ ਹੈ। ਬਿਲਕੁਲ, ਜਿਵੇਂ ਇੱਕ ਆਪਣੇ ਰਿਸ਼ਤੇਦਾਰ ਨੇ, ਹੈ ਨਾ, ਤੁਸੀਂ ਵੀ ਜਾਣਦੇ ਹੋ, ਮੈਂ ਉਹਨਾਂ ਦੀ ਬਹੁਤ ਜ਼ਿਆਦਾ ਗੱਲ ਕਰਦੀ ਹੁੰਦੀ ਹਾਂ ਕਈ ਵਾਰੀ, ਵੀ ਉਹ ਆਂਟੀ ਉਹਨਾਂ ਦਾ ਬੇਟਾ ਜਿਵੇਂ 4-5 ਸਾਲ ਪਹਿਲਾਂ ਕਿਸੇ ਹਾਦਸੇ 'ਚ ਚਲਾ ਗਿਆ, ਹੈ ਨਾ, ਤਾਂ ਉਹ ਅੱਜ ਇਹੋ ਜਿਹੀ ਕੰਡੀਸ਼ਨ 'ਚ ਨੇ, ਕਿਉਂਕਿ ਚਲੋ ਆਪਾਂ ਕਹਿੰਦੇ ਵੀ ਔਲਾਦ ਲਈ ਤਾਂ ਹਰ ਬੰਦਾ ਇਮੋਸ਼ਨਲ ਹੁੰਦਾ, ਹੈ ਨਾ, ਪਰ ਉਹ ਬਾਏ ਨੇਚਰ ਹੀ ਬਹੁਤ ਜ਼ਿਆਦਾ ਸੈਂਸਿਟਿਵ ਨੇ, ਹੈ ਨਾ, ਤਾਂ ਉਹ ਅੱਜ ਐਵੇਂ ਦੀ ਕੰਡੀਸ਼ਨ 'ਚ ਨੇ ਵੀ ਉਹ ਬਹੁਤ ਜ਼ਿਆਦਾ ਦਵਾਈਆਂ ਖਾ ਰਹੇ ਨੇ, ਉਹਨਾਂ ਨੂੰ ਦੇਖ ਦੇਖ ਕੇ ਉਹਨਾਂ ਦਾ ਜਿਹੜਾ ਛੋਟਾ ਬੇਟਾ, ਹੈ ਨਾ, ਉਹਦੀ ਕੰਡੀਸ਼ਨ ਵੀ ਉੱਦਾਂ ਦੀ ਹੁੰਦੀ ਜਾ ਰਹੀ ਆ। ਤਾਂ ਮੈਨੂੰ ਲੱਗਦਾ ਵੀ ਤੁਸੀਂ ਕਦੀ ਇਹ ਨਾ ਸੋਚੋ ਵੀ ਇਹ ਸਿਰਫ ਮੇਰਾ ਸੁਭਾਅ ਹੈ, ਤੁਸੀਂ ਇਹ ਵੀ ਸੋਚੋ ਵੀ ਤੁਸੀਂ ਅਗਲੀਆਂ ਪੀੜ੍ਹੀਆਂ 'ਚ ਵੀ ਇਸ ਚੀਜ਼ ਨੂੰ ਕਈ ਵਾਰੀ ਨਾ ਚਾਹੁੰਦੇ ਵੀ ਟ੍ਰਾਂਸਫਰ ਕਰ ਦਿੰਦੇ ਹੋ, ਹੈ ਨਾ। ਜਿਵੇਂ ਅੱਜ ਮੈਨੂੰ ਸਵੇਰੇ ਯੁਗਲ ਦੱਸ ਰਿਹਾ ਸੀ ਕਿ ਉਹਦੀ ਇੱਕ ਫਰੈਂਡ ਇੱਦਾਂ ਦੀ ਸੀਗੀ ਕਿ ਜਿਹਦੇ ਘਰ ਪ੍ਰੋਬਲਮ ਸੀਗੀ ਅਤੇ ਉਹਦੀ ਮਦਰ ਉਹ ਜਿਸ ਚੀਜ਼ ਨੂੰ ਸਫ਼ਰ ਕਰ ਰਹੇ ਸੀ, ਉਹ ਮਤਲਬ ਉਸੇ ਤਰ੍ਹਾਂ ਦੀ ਬਿਲਕੁਲ ਸਮੱਸਿਆ ਉਸ ਕੁੜੀ 'ਚ ਆਈ, ਅਤੇ ਜਿਹਨੂੰ ਕਿ ਬਹੁਤ ਜ਼ਿਆਦਾ ਇਮੋਸ਼ਨਲ ਸਪੋਰਟ ਦੀ ਜ਼ਰੂਰਤ ਪੈਂਦੀ ਸੀ, ਹੈ ਨਾ। ਤਾਂ ਕੁਛ ਕੁ ਵਕਤ ਲਈ ਤਾਂ ਤੁਹਾਡੇ ਦੋਸਤ ਤੁਹਾਡਾ ਪਰਿਵਾਰ ਤੁਹਾਡੀ ਮਦਦ ਕਰਦਾ, ਪਰ ਫਿਰ ਉਹ ਇੱਕ ਦਿਨ ਉਹ ਤੁਹਾਡੇ ਤੋਂ ਇਰੀਟੇਟ ਹੋਣਾ ਸ਼ੁਰੂ ਹੋ ਜਾਂਦਾ, ਹੈ ਨਾ। ਅਤੇ ਜਿਵੇਂ ਕੱਲ੍ਹ ਮੈਮ ਵੀ ਗੱਲ ਕਰਦੇ ਸੀ ਵੀ ਇੱਕ ਡਿਪਰੈਸ਼ਨ ਵਾਲਾ ਬੰਦਾ ਜਾਂ ਇੱਕ ਇਮੋਸ਼ਨਲ ਬੰਦਾ ਆਪਣੇ ਪਰਿਵਾਰ ਲਈ ਕਿੱਡੀ ਸਮੱਸਿਆ ਕਈ ਵਾਰੀ ਬਣ ਜਾਂਦਾ ਵੀ ਆਪਾਂ ਸੋਚ ਵੀ ਨਹੀਂ ਸਕਦੇ ਵੀ ਉਹਦੇ ਨਾਲ ਰਹਿਣਾ ਸਾਹਮਣੇ ਵਾਲੇ ਨੂੰ ਕਿੰਨਾ ਔਖਾ ਹੋ ਜਾਂਦਾ, ਹੈ ਨਾ। ਤਾਂ ਮੈਨੂੰ ਲੱਗਦਾ ਵੀ ਹਾਂ, ਆਦਤ ਨੂੰ ਅਸੀਂ ਬਹੁਤ ਛੇਤੀ ਨਹੀਂ ਬਦਲ ਸਕਦੇ, ਪਰ ਸਾਨੂੰ ਇਹ ਵੀ ਜਾਣਨਾ ਪਊਗਾ ਵੀ ਜੇ ਦੁਨੀਆ 'ਤੇ ਅਸੀਂ ਆਏ ਹਾਂ ਤਾਂ ਇੱਥੇ ਕਦੀ ਚੀਜ਼ਾਂ ਤੁਹਾਡੇ ਲਈ ਬਹੁਤ ਸਮੂਥ ਚੱਲਣਗੀਆਂ ਅਤੇ ਕਦੀ ਕਦੀ ਤੁਸੀਂ ਜ਼ਿੰਦਗੀ ਦਾ ਜਿਹੜਾ ਹਾਰਡ ਫੇਸ ਆ ਉਹ ਵੀ ਤੁਹਾਨੂੰ ਦੇਖਣਾ ਹੀ ਪਊਗਾ, ਹੈ ਨਾ। ਕਦੀ ਤੁਹਾਨੂੰ ਬਹੁਤ ਜ਼ਿਆਦਾ ਫਾਇਦੇ ਹੋਣਗੇ, ਕਦੀ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਹੋਣਗੇ, ਉਹ ਤੁਹਾਡੇ ਕਿਸੇ ਵੀ ਚੀਜ਼ 'ਚ ਹੋ ਸਕਦੇ ਨੇ, ਤੁਹਾਨੂੰ ਰਿਸ਼ਤਿਆਂ 'ਚ ਵੀ ਹੋ ਸਕਦੇ ਨੇ, ਤੁਹਾਨੂੰ ਕੰਮਕਾਰ 'ਚ ਵੀ ਹੋ ਸਕਦੇ। ਪਰ ਜੇ ਆਪਾਂ ਹਰ ਇੱਕ ਛੋਟੀ ਛੋਟੀ ਚੀਜ਼ ਨੂੰ ਆਪਣੇ ਦਿਲ 'ਤੇ ਲਾਵਾਂਗੇ ਤਾਂ ਮੈਨੂੰ ਲੱਗਦਾ ਵੀ ਅੱਜ ਦਾ ਪਲ ਜਿਉਂ ਕਿ ਅਸੀਂ ਕੱਲ੍ਹ ਲਈ ਡਰਨ ਲੱਗ ਜਾਵਾਂਗੇ ਵੀ ਅਸੀਂ ਹਰ ਰੋਜ਼ ਸੋਚਾਂਗੇ ਕਿ ਕੱਲ੍ਹ ਨੂੰ ਦਿਨ ਇਸ ਤੋਂ ਵੀ ਚੰਗਾ ਚੜ੍ਹਨਾ ਚਾਹੀਦਾ, ਹੈ ਨਾ। ਸਭ ਤੋਂ ਜ਼ਰੂਰੀ ਗੱਲ ਆ ਗੁਰਦੀਪ, ਜੇ ਤੁਹਾਨੂੰ ਲੱਗਦਾ ਕਿ ਮੈਂ ਬਹੁਤ ਇਮੋਸ਼ਨਲ ਹਾਂ, ਹੈ ਨਾ, ਤਾਂ ਹਰ ਗੱਲ ਲਈ ਰਿਐਕਟ ਕਰਨਾ ਸਿੱਖਣਾ ਚਾਹੀਦਾ, ਹੈ ਨਾ, ਜਿਹੜਾ ਕਿ ਆਪਾਂ ਵੀ ਨਹੀਂ ਕਰਦੇ। ਆਪਾਂ ਵੀ ਕਈ ਵਾਰੀ ਇੱਕ ਚੀਜ਼ ਨੂੰ ਇੰਨਾ ਅੰਦਰ ਦੱਬ ਲੈਂਦੇ ਹਾਂ ਵੀ ਜਦੋਂ ਤੱਕ ਉਹ ਬਹੁਤ ਵੱਡੀ ਸਮੱਸਿਆ ਨਹੀਂ ਬਣਦੀ ਵੀ ਅਸੀਂ ਫਿਰ ਉਹਦਾ ਰੱਜ ਕੇ ਭਾਂਬੜ ਨਹੀਂ ਬਾਲਦੇ, ਹੈ ਨਾ। ਉਸ ਤੋਂ ਪਹਿਲਾਂ ਅਸੀਂ ਉਹਨੂੰ ਕਹਿੰਦੇ ਹੀ ਨਹੀਂ, ਅਤੇ ਕਹਿੰਦੇ ਇਸ ਲਈ ਨਹੀਂ ਵੀ ਸਾਨੂੰ ਲੱਗਦਾ ਇਹ ਵੀ ਨਾ ਨਾਰਾਜ਼ ਹੋ ਜਾਵੇ, ਉਹ ਵੀ ਨਾ ਨਾਰਾਜ਼ ਹੋ ਜਾਵੇ। ਨਹੀਂ, ਕਈ ਵਾਰੀ ਸਾਨੂੰ ਨਾ ਐਕਸਪ੍ਰੈਸ ਕਰਨਾ ਨਹੀਂ ਆਉਂਦਾ, ਆਪਾਂ ਨੂੰ ਮੈਂ ਕੀ ਕਹਾਂ, ਇਹਨੂੰ ਸਮਝ ਆਉਣੀ ਚਾਹੀਦੀ ਆ, ਹੈ ਨਾ, ਜਾਂ ਸਾਹਮਣੇ ਵਾਲੇ ਬੰਦੇ ਨੂੰ ਮੇਰੇ ਬਿਨਾਂ ਕਹੀ ਗੱਲ ਸਮਝ ਜਾਣੀ ਚਾਹੀਦੀ ਆ ਨਾ। ਪਰ ਕਈ ਵਾਰੀ ਹੋ ਸਕਦਾ ਵੀ ਜੋ ਮੰਨ ਲਓ ਇੱਕ ਤੁਹਾਡੀ ਐਬਿਲਿਟੀ ਆ, ਤੁਹਾਡੀ ਐਬਿਲਿਟੀ ਇਹ ਆ ਵੀ ਤੁਸੀਂ ਬਿਨਾਂ ਕਹੇ
बिना बोले किसी के बिना बोले है ना, कई बार आप कहना ना भी फलाना बंदा मेरी बिना बोले सारी गल समझ लेंदा है ना, क्योंकि उस बंदे की एबिलिटी आ, क्योंकि वो जिहड़े असल दे विच जिहड़े ओवर सेंसिटिव ते ओवर इमोशनल लोग हुंदे ने उन्हां दी एक खासियत हुंदी आ कि ओवर केयरिंग भी हुंदे ने गे है ना, उन्हां नूं हुंदा कि जिहड़े मेरे आले दुआला वा मेरे आले दुआले जिन्ने भी लोग ने है ना तो तंग नहीं होने चाहिए किसी भी गल करके है ना, तो लोगों की केयर करनी शुरू कर देंगे ने, फिर उन्हें लगता है कि जब मैं तो सारे ने इन्ना करदा वा है ना तो मेरी इन्नी गल नूं कोई क्यों नहीं समझ रहा है ना। असल दे विच सानूं समझना चाहिए कि थोड़ी वो खासियत आ कि तुसीं लोगों दीआं बहुत सारिया गल्लां ने जिहड़ियां बिना बोले भी समझ लैंदे हो ते तुसीं उन्हां दे पक्ष च जाके कुछ चीज़ां कर दिंदे हो है ना। बिल्कुल, पर हो सकदा भी मेरे च ओह चीज़ ना होवे क्योंकि मैं उन्नी इमोशनल जां उन्नी सेंसिटिव उन्नी केयरिंग नहीं आ है ना, तो हो सकदा कि मैनू सारिया चीज़ां बोल के दसण की जरूरत पवे है ना, ता ही मैनू समझ आउण। सो उत्थे मैनू लगदा हुंदा कि सानूं इह चीज़ समझनी चाहीदी है वी जे मतलब भी सामने वाले बंदे नूं नहीं समझ आ रही चीज़ तो मैनू उत्थे कह देनी चाहीदी आ भी मैं इस तरह महसूस कर रहा जां मैं सोच रहा सी जां मैं सोच रही सी कि ਇਹ ਚੀਜ਼ ਨੂੰ ਇੱਦਾਂ ਕਰ ਦਿੱਤਾ ਜਾਣਾ ਚਾਹੀਦਾ ਜਾਂ ਮੇਰੇ ਨਾਲ ਆ ਜਿਹੜੀ ਉਹ ਆਹ ਚੀਜ਼ ਤੁਸੀਂ ਕਹੀ ਜਾਂ ਮੇਰੇ ਨਾਲ ਕਰੀ ਉਹ ਮੈਨੂੰ ਚੰਗੀ ਨਹੀਂ ਲੱਗੀ ਹੈਗੀ ਹੈ ਨਾ। ਕਈ ਵਾਰੀ ਜਿਹੜੇ ਮਤਲਬ ਬਹੁਤ ਜ਼ਿਆਦਾ ਭਾਵੁਕ ਇਨਸਾਨ ਹੁੰਦੇ ਨੇ ਉਹ ਬਹੁਤ ਸਾਰੀਆਂ ਗੱਲਾਂ ਨੂੰ ਆਪਣੇ ਅੰਦਰ ਰੱਖ ਰੱਖ ਕੇ ਬਹੁਤ ਵੱਡਾ ਕਰ ਲੈਂਦੇ ਨੇ, ਫਿਰ ਜਿਵੇਂ ਤੁਸੀਂ ਕਿਹਾ ਐਂਡ 'ਤੇ ਆ ਕੇ ਉਹ ਚੀਜ਼ਾਂ ਬਲਾਸਟ ਹੋ ਜਾਂਦੀਆਂ ਨੇ ਹੈ ਨਾ। ਬਲਾਸਟ ਹੋਣ ਤੋਂ ਬਾਅਦ ਜਿਹੜਾ ਰਿਐਕਸ਼ਨ ਆਪਣਾ ਹੁੰਦਾ ਹੈ ਨਾ, ਕਈ ਵਾਰੀ ਸਾਨੂੰ ਅਸੀਂ ਉਸੇ ਰਿਐਕਸ਼ਨ ਦੀ ਗਿਲਟ ਵੀ ਫੀਲ ਕਰੀ ਜਾਂਦੇ ਹੁੰਦੇ ਹਾਂ ਹੈ ਨਾ। ਗੁਰਦੀਪ, ਤੁਸੀਂ ਦੇਖੋ ਵੀ ਅੱਜ ਕੱਲ੍ਹ ਆਪਾਂ ਹਰ ਰੋਜ਼ ਬਹੁਤ ਵੱਡੇ ਵੱਡੇ ਹਾਦਸੇ ਪੜ੍ਹਦੇ ਹਾਂ ਹੈ ਨਾ। ਆਪਾਂ ਪੜ੍ਹਦੇ ਹਾਂ ਵੀ ਕਿਸੇ ਨੇ ਕਿਤੇ ਪੂਰਾ ਪਰਿਵਾਰ ਖਤਮ ਕਰ ਲਿਆ ਹੈ ਨਾ, ਕਿਸੇ ਨੇ ਆਪਣੇ ਆਪ ਨੂੰ ਖਤਮ ਕਰ ਲਿਆ, ਜਾਂ ਫਿਰ ਕਿਸੇ ਨੇ ਫਰੈਸਟ੍ਰੇਸ਼ਨ 'ਚ ਆ ਕੇ ਮਤਲਬ ਪਬਲਿਕਲੀ ਇੱਦਾਂ ਦੇ ਬਹੁਤ ਸਾਰੀਆਂ ਚੀਜ਼ਾਂ ਨੂੰ ਲੋਕ ਅੰਜਾਮ ਦੇ ਦਿੰਦੇ ਨੇ ਹੈ ਨਾ। ਤਾਂ ਮੈਨੂੰ ਲੱਗਦਾ ਵੀ ਸ਼ਾਇਦ ਜਿਵੇਂ ਤੁਸੀਂ ਕਿਹਾ ਵੀ ਇਹ ਕੋਈ ਸਮੱਸਿਆ ਨਹੀਂ ਹੁੰਦੀ, ਪਰ ਇਹ ਚੀਜ਼ ਤੁਹਾਡੇ ਲਈ ਕਦੋਂ ਸਮੱਸਿਆ ਬਣ ਜਾਏ ਤੁਸੀਂ ਸੋਚ ਨਹੀਂ ਸਕਦੇ ਹੈ ਨਾ। ਤਾਂ ਉਹ ਵੀ ਬਹੁਤ ਸਾਰੇ ਨਤੀਜੇ ਇਸੇ ਚੀਜ਼ਾਂ ਦੇ ਹੁੰਦੇ ਨੇ ਵੀ ਕਈ ਲੋਕ ਨੇ ਜਿਹੜੇ ਕਿਸੇ ਸਮੱਸਿਆ ਨੂੰ ਇੰਨਾ ਦੇਰ ਆਪਦੇ 'ਤੇ ਝੱਲਦੇ ਰਹਿੰਦੇ ਨੇ, ਇੰਨਾ ਸਮਾਂ ਆਪਦੇ 'ਤੇ ਝੱਲਦੇ ਨੇ ਕਿਸੇ ਨੂੰ ਕਹਿਣ ਦੀ ਬਜਾਏ। ਮੰਨ ਲਓ ਮੈਨੂੰ ਤੁਹਾਡੇ ਤੋਂ ਕੋਈ ਸਮੱਸਿਆ ਹੋ ਰਹੀ ਆ, ਜੇ ਮੈਂ ਤੁਹਾਨੂੰ ਕਹਿ ਦਾਂਗੀ ਉਸ ਪਲ, ਤਾਂ ਹੋ ਸਕਦਾ ਉਸ ਜਦੋਂ ਅਸੀਂ ਇੱਕ ਗੱਲ ਕਰੀਏ ਤਾਂ ਉਹ ਬਿਲਕੁਲ ਉਸ ਸਮੱਸਿਆ ਦਾ ਚਿਹਰਾ ਹੀ ਬਦਲ ਜਾਵੇ ਹੈ ਨਾ। ਉਸ ਚੀਜ਼ ਨੂੰ ਮੈਂ ਜਿਵੇਂ ਸੋਚ ਰਹੀ ਹਾਂ ਉਹ ਬਿਲਕੁਲ ਉਸ ਤੋਂ ਉਲਟੀ ਹੋਵੇ, ਬਿਲਕੁਲ ਮੇਰੀ ਸੋਚ ਦੇ ਮੁਤਾਬਕ ਹੋਵੇ ਹੀ ਨਾ ਹੈ ਨਾ, ਅਤੇ ਉੱਥੇ ਹੀ ਉਹ ਖਤਮ ਹੋ ਸਕਦੀ ਆ। ਪਰ ਜਦੋਂ ਮੈਂ ਤੁਹਾਡੇ ਨਾਲ ਉਹਦੇ ਬਾਰੇ ਗੱਲ ਹੀ ਨਾ ਕੀਤੀ ਤਾਂ ਹੋ ਸਕਦਾ ਮੈਂ ਉਹਨੂੰ ਆਪਣੇ ਦਿਮਾਗ 'ਚ ਇੰਨੀ ਵੱਡੀ ਬਣਾ ਲਾਂ ਕਿ ਫਿਰ ਉਹੀ ਗੱਲ ਜਿਹੜੀ ਅਸੀਂ ਅਖਬਾਰਾਂ 'ਚ ਰੋਜ਼ ਪੜ੍ਹਦੇ ਹਾਂ ਹੈ ਨਾ। ਅਤੇ ਇਸ ਲਈ ਸਹੀ ਗੱਲ ਆ ਤੁਹਾਡੀ ਬਿਲਕੁਲ ਵੀ ਅੰਦਰ ਦੱਬਣ ਨਾਲੋਂ ਕਹਿਣਾ ਸਿੱਖਣਾ ਚਾਹੀਦਾ। ਬਹੁਤ ਸਾਰੇ ਲੋਕ ਜਿਹੜੇ ਆਪਣੀ ਗੱਲ ਨਹੀਂ ਕਹਿੰਦੇ, ਕਈ ਵਾਰੀ ਜਿਵੇਂ ਮੈਨੂੰ ਲੱਗੂ ਵੀ ਕੋਈ ਨਾਰਾਜ਼ ਨਾ ਹੋ ਜਾਵੇ, ਮੈਂ ਇਹੋ ਜਿਹੇ ਕੰਮਾਂ ਲਈ ਵੀ ਹਾਂ ਕਰੀ ਜਾਊਂ ਜਿਹੜੇ ਸ਼ਾਇਦ ਮੇਰੀ ਪਹੁੰਚ 'ਚ ਵੀ ਨਾ ਹੋਣ, ਫਿਰ ਮੈਂ ਉਹਨਾਂ ਲਈ ਭੱਜਦਾ ਰਹੂੰ, ਦੌੜਦਾ ਰਹੂੰ, ਆਪਣਾ ਚੈਨ ਗਵਾ ਲੂੰ, ਆਪਣੇ ਪਰਿਵਾਰ ਨੂੰ ਵੀ ਸਮੱਸਿਆ 'ਚ ਪਾ ਲੂੰ ਹੈ ਨਾ। ਖਾਸ ਕਰਕੇ ਅਸੀਂ ਰਿਸ਼ਤਿਆਂ 'ਚ ਇੱਦਾਂ ਕਰਦੇ ਹਾਂ, ਰਿਸ਼ਤਿਆਂ 'ਚ ਸਾਹਮਣੇ ਵਾਲਾ ਕਹਿ ਰਿਹਾ ਹੁੰਦਾ ਵੀ ਮੈਂ ਤਾਂ ਕੁਛ ਕਿਹਾ ਹੀ ਨਹੀਂ, ਅਤੇ ਕਈ ਮੇਰੇ ਵਰਗੇ ਹੁੰਦੇ ਵੀ ਦਿਲ 'ਚ ਇੰਨਾ ਕੁਛ ਲਈ ਬੈਠੇ ਹੁੰਦੇ, ਮੈਨੂੰ ਲੱਗਦਾ ਹੁੰਦਾ ਵੀ ਤੂੰ ਤਾਂ ਦੁਨੀਆ 'ਤੇ ਆਇਆ ਹੀ ਮੈਨੂੰ ਤੰਗ ਕਰਨ ਲਈ। ਤਾਂ ਮੈਨੂੰ ਲੱਗਦਾ ਵੀ ਇਹ ਸਾਰੀਆਂ ਚੀਜ਼ਾਂ ਨਾ ਬਚਪਨ ਤੋਂ ਹੀ ਸਾਨੂੰ ਸਿਖਾਈਆਂ ਜਾਣੀਆਂ ਚਾਹੀਦੀਆਂ ਨੇ ਵੀ ਹਰੇਕ ਚੀਜ਼ 'ਤੇ ਰਿਐਕਸ਼ਨ ਦੇਣਾ ਕੋਈ ਬਿਮਾਰੀ ਨਹੀਂ ਹੁੰਦੀ, ਬਲਕਿ ਹਰ ਇੱਕ ਚੀਜ਼ ਨੂੰ ਅੰਦਰ ਦੱਬ ਲੈਣਾ ਅੱਗੇ ਜਾ ਕੇ ਤੁਹਾਡੇ ਲਈ ਬਿਮਾਰੀ ਬਣ ਸਕਦੀ। ਹਾਂ ਬਿਲਕੁਲ। ਅਤੇ ਇੱਕ ਚੀਜ਼ ਉਹ ਵੀ ਆ ਵੀ ਜਿਵੇਂ ਨਾ ਕਈ ਵਾਰੀ ਅਸੀਂ ਕਿਸੇ ਛੋਟੀ ਜਿਹੀ ਗੱਲ ਦਾ ਭਾਲ ਲਓ ਵੀ ਗੁੱਸਾ ਹੈ ਨਾ, ਹਿਊਮਨ ਨੇਚਰ ਆ, ਤੁਹਾਨੂੰ ਵੀ ਆਉਂਦਾ ਮੈਨੂੰ ਵੀ ਆਉਂਦਾ ਹਰ ਇਨਸਾਨ ਨੂੰ ਆਉਂਦਾ ਹੈ ਨਾ, ਪਰ ਉਹ ਗੁੱਸੇ ਦੀ ਜਿਹੜੀ ਮਿਆਦ ਆ ਨਾ ਉਹ ਛੋਟੀ ਹੋਣੀ ਚਾਹੀਦੀ ਆ। ਜਿੰਨੀ ਉਹ ਗੁੱਸੇ ਦੀ ਮਿਆਦ ਛੋਟੀ ਹੋਊਗੀ ਓਨਾ ਹੀ ਤੁਸੀਂ ਮੈਂਟਲੀ ਤੌਰ, ਤੁਸੀਂ ਦੇਖਿਆ ਜਿਹੜੇ ਲੋਕ ਜਿਹਨਾਂ ਨੂੰ ਹੁੰਦਾ ਵੀ ਯਾਰ ਇਹਨੂੰ ਗੁੱਸਾ ਆਉਂਦਾ ਤਾਂ ਹੈ ਪਰ ਇਹ ਤਾਂ ਗੁੱਸਾ ਬਿੰਦ ਝੱਟ ਦਾ ਹੁੰਦਾ, ਉਹ ਲੋਕ ਮਾਨਸਿਕ ਤੌਰ 'ਤੇ ਅਤੇ ਜਾਂ ਦਿਲ ਤੋਂ ਆਪਾਂ ਕਹਿ ਲਓ ਕਿ ਬਹੁਤ ਜ਼ਿਆਦਾ ਖੁਸ਼ ਤਬੀਅਤ ਵਾਲੇ ਲੋਕ ਹੁੰਦੇ ਨੇ ਹੈ ਨਾ। ਕਿਉਂ? ਕਿਉਂਕਿ ਉਹ ਜਿਹੜੀ ਇੱਕ ਗੁੱਸਾ ਮਤਲਬ ਕੋਈ ਬਹੁਤ ਵਧੀਆ ਗੱਲ ਤਾਂ ਹੁੰਦੀ ਨਹੀਂ, ਆਪਾਂ ਇੱਕ ਨੈਗੇਟਿਵ ਐਲੀਮੈਂਟ ਕਹਿ ਸਕਦੇ ਹਾਂ ਸਾਡੀ ਬੋਡੀ ਦਾ ਹੈ ਨਾ, ਤਾਂ ਉਹਨੂੰ ਆਪਣੇ ਆਪ 'ਤੇ ਹਾਵੀ ਉਹ ਨਹੀਂ ਹੋਣ ਦਿੰਦੇ, ਆਪਣੀ ਬੋਡੀ 'ਚ ਉਹਨੂੰ ਬਹੁਤੀ ਦੇਰ ਰਹਿਣ ਹੀ ਨਹੀਂ ਦਿੰਦੇ ਹੈਗੇ ਵੀ ਉਹਦੀ ਕਿਸੇ ਔਰਗਨ ਨੂੰ ਜਾਂ ਉਹਦੇ ਮੈਂਟਲ ਪੀਸ ਨੂੰ ਜਾਂ ਉਹਦੇ ਦਿਲ ਦਿਮਾਗ ਨੂੰ ਕਿਸੇ ਤਰੀਕੇ ਦੇ ਨਾਲ ਕੋਈ ਨੁਕਸਾਨ ਪਹੁੰਚਦਾ ਕਰ ਸਕੇ ਹੈ ਨਾ। ਮੰਨ ਲਓ ਇਹ ਵੀ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਵੀ ਜਿਹੜੇ ਓਵਰ ਇਮੋਸ਼ਨਲ ਜਾਂ ਓਵਰ ਸੈਂਸਿਟਿਵ ਲੋਕ ਹੁੰਦੇ ਨੇਗੇ ਜਾਂ ਉਹਨਾਂ ਤੋਂ ਇਲਾਵਾ ਕੋਈ ਵੀ ਬੰਦਾ ਆ ਹੈ ਨਾ, ਤਾਂ ਉਹ ਆਪਣੇ ਅੰਦਰ ਗੁੱਸੇ ਨੂੰ ਬਹੁਤ ਟਾਈਮ ਰੱਖਦੇ ਨੇਗੇ। ਤਾਂ ਮੈਂ ਰੀਸੈਂਟ ਇੱਕ ਸਰਗੁਣ ਉਹਨਾਂ ਦੀ ਇੱਕ ਇੰਟਰਵਿਊ ਸੁਣ ਰਹੀ ਸੀਗੀ, ਤਾਂ ਉਹਨਾਂ ਨੇ ਕਿਸੇ ਨੇ ਉਹਨਾਂ ਨੂੰ ਸਵਾਲ ਕੀਤਾ ਵੀ ਜੇ ਐਮੀ ਐਂਡ ਜਗਦੀਪ ਉਹਨਾਂ ਨੂੰ ਸਵਾਲ ਕੀਤਾ ਵੀ ਜਦੋਂ ਸਰਗੁਣ ਨੂੰ ਗੁੱਸਾ ਆਉਂਦਾ ਆ ਤਾਂ ਫਿਰ ਮਤਲਬ ਇਹ ਕਿਤੇ ਇਹਨੂੰ ਕਿੱਦਾਂ ਬਣਾਇਆ ਜਾ ਸਕਦਾ, ਕਹਿੰਦੇ ਬਹੁਤ ਸੌਖੇ ਇਹਨੂੰ ਚਿਕਨ ਖਿਲਾ ਦਿਉ, ਬਟਰ ਚਿਕਨ ਦੇ ਮਰ ਜਾਂਦੀ ਹੈ। ਅਤੇ ਸਰਗੁਣ ਕਹਿੰਦੀ ਹਾਂ ਮੈਂ ਆਪਣੇ ਅੰਦਰ ਗੁੱਸਾ ਨਹੀਂ ਰੱਖ ਸਕਦੀ ਬਹੁਤ ਟਾਈਮ। ਅਤੇ ਮੈਨੂੰ ਲੱਗਦਾ ਹੁੰਦਾ ਕਿ ਇੰਡਸਟਰੀ ਦੀ ਸਭ ਤੋਂ ਵਧੀਆ ਖੁਸ਼ ਤਬੀਅਤ ਵਾਲੀ ਐਕਟਰੈਸ ਆ, ਜਿੱਦਾਂ ਕਿ ਆਪਾਂ ਉਹਨਾਂ ਨੂੰ ਸਕਰੀਨ ਦੇ ਜ਼ਰੀਏ ਜਾਣਦੇ ਹਾਂ ਹੈ ਨਾ, ਨਿੱਜੀ ਜ਼ਿੰਦਗੀ ਦੀ ਮੈਂ ਗੱਲ ਕਰਦੀ।
ਪਰ ਮੈਨੂੰ ਲੱਗਦਾ ਹੁੰਦਾ ਵੀ ਇੱਦਾਂ ਦੇ ਲੋਕ ਨੇ ਜਿਹੜੇ ਉਹ ਨਾਲੇ ਤੋਂ ਆਪ ਇੰਜੋਏ ਕਰਦੇ ਨੇਗੇ ਅਤੇ ਨਾ ਹੀ ਨਾਲੇ ਆਪਣੇ ਆਲੇ ਦੁਆਲੇ ਨੂੰ ਬਹੁਤ ਖੁਸ਼ਨੁਮਾ ਬਣਾ ਕੇ ਰੱਖਦੇ ਨੇਗੇ, ਹੈ ਨਾ। ਕਈ ਵਾਰੀ ਗੱਲ ਬਹੁਤ ਛੋਟੀ ਜਿਹੀ ਹੁੰਦੀ ਹੈ, ਅਸੀਂ ਉਸੇ ਚੀਜ਼ ਦਾ ਗੁੱਸਾ ਮਤਲਬ ਪਤਾ ਨਹੀਂ ਮਹੀਨਿਆਂ ਤੱਕ, ਹੈ ਨਾ, ਕੈਰੀ ਕਰੀ ਜਾਂਦੇ ਹਾਂ ਆਪਣੇ ਨਾਲ ਨਾਲ। ਉਹਦੇ ਨਾਲ ਕੀ ਹੁੰਦਾ ਵੀ ਮੰਨ ਲਓ ਮੈਂ ਤੁਹਾਨੂੰ ਇੱਕ ਦਿਨ ਮਨਾਊਂਗੀ, ਦੋ ਦਿਨ ਮਨਾਊਂਗੀ, ਮੈਂ ਤਿੰਨ ਦਿਨ ਤੁਹਾਨੂੰ ਸੌਰੀ ਵੀ ਕਹਿ ਦੂੰਗੀ, ਹੈ ਨਾ। ਪਰ ਤੀਜੇ ਦਿਨ ਤੋਂ ਬਾਅਦ, ਤਿੰਨ ਦਿਨਾਂ ਤੋਂ ਬਾਅਦ ਜਾ ਕੇ ਸਾਹਮਣੇ ਵਾਲੇ ਬੰਦੇ 'ਤੇ ਉਸ ਚੀਜ਼ ਦਾ ਮਤਲਬ ਅਸਰ ਹੋਣਾ ਹਟ ਜਾਂਦਾ ਵੀ ਯਾਰ ਇਹਦਾ ਤਾਂ ਕੰਮ ਹੀ ਇਹੀ ਆ, ਇਹਨੇ ਤਾਂ ਰਹਿਣਾ ਹੀ ਇੱਕਣ ਆ, ਹੈ ਨਾ। ਸੋ ਉਹਦਾ ਨੁਕਸਾਨ ਕਿਹਨੂੰ ਹੋਇਆ? ਤੁਹਾਨੂੰ ਹੋਇਆ, ਜਿਨ੍ਹਾਂ ਨੇ ਆਪਣੇ ਅੰਦਰ ਗੁੱਸਾ ਰੱਖਿਆ। ਇਹ ਵੀ ਸਾਡੀ ਇੱਕ ਕਪੈਸਿਟੀ ਹੋਣੀ ਚਾਹੀਦੀ ਆ, ਅਬਿਲਿਟੀ ਹੋਣੀ ਚਾਹੀਦੀ ਆ ਵੀ ਅਸੀਂ ਆਪਣੇ ਗੁੱਸੇ 'ਤੇ, ਠੀਕ ਹੈ ਤੁਹਾਨੂੰ ਆ ਗਿਆ, ਠੀਕ ਆ ਹੋ ਗਿਆ, ਤੁਸੀਂ ਕਿਸੇ ਨਾਲ ਨਾਰਾਜ਼ ਹੋ, ਤੁਸੀਂ ਹੋ ਗਏ, ਪਰ ਉਹ ਨਾਰਾਜ਼ਗੀ ਦੀ ਜਿਹੜੀ ਉਮਰ ਆ ਬਹੁਤ ਛੋਟੀ ਹੋਣੀ ਚਾਹੀਦੀ ਆ। ਗੁਰਦੀਪ, ਮੁੱਖ ਦੀ ਗੱਲ ਇੱਥੇ ਹੀ ਹੈ ਕਿ ਜਿਵੇਂ ਤੁਸੀਂ ਸਮਝ ਸਕਦੇ ਹੋ ਵੀ ਤੁਹਾਡੇ ਕੋਈ ਸੱਟ ਲੱਗੀ ਹੋਊ ਮੈਨੂੰ ਪਤਾ ਲੱਗ ਜਾਊ, ਹੈ ਨਾ, ਪਰ ਤੁਹਾਡੀ ਮਾਨਸਿਕਤਾ 'ਚ ਕੀ ਆ ਉਹ ਸ਼ਾਇਦ ਮੈਨੂੰ ਕਈ ਸਾਲ ਤੱਕ ਨਹੀਂ ਪਤਾ ਚੱਲੂ, ਉਹ ਮੈਨੂੰ ਉਦੋਂ ਹੀ ਪਤਾ ਚੱਲੂ ਜਦੋਂ ਤੁਸੀਂ ਐਕਸਪ੍ਰੈਸ ਕਰੋਗੇ, ਹੈ ਨਾ। ਦੂਜੀ ਚੀਜ਼ ਆ ਵੀ ਜਿਵੇਂ ਹਰ ਬੰਦੇ ਨੂੰ ਅੱਜ ਕੱਲ੍ਹ ਪਤਾ ਕਿ ਬੋਡੀ ਦਾ ਡੀਟੌਕਸ ਹੋਣਾ ਬਹੁਤ ਜ਼ਰੂਰੀ ਆ, ਹੈ ਨਾ, ਤਾਂ ਮੈਨੂੰ ਲੱਗਦਾ ਦਿਮਾਗ ਦਾ ਡੀਟੌਕਸ ਹੋਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ, ਹੈ ਨਾ। ਅਤੇ ਉਹਦੇ ਲਈ ਸਭ ਤੋਂ ਵਧੀਆ ਚੀਜ਼ ਇਹ ਆ ਕਿ ਜਿਹਦੇ ਨਾਲ ਤੁਹਾਡੀ ਕੋਈ ਨਾਰਾਜ਼ਗੀ ਆ, ਜਿਹਨੂੰ ਤੁਹਾਨੂੰ ਕੁਛ ਕਹਿਣ ਨੂੰ ਜੀ ਕਰਦਾ, ਹਾਂ ਇਹ ਨਹੀਂ ਆਪਾਂ ਕਹਿੰਦੇ ਵੀ ਚੱਕ ਕੇ ਤੁਸੀਂ ਡਾਂਗ ਜਾਂ ਸੋਟੀ ਉਹਦੇ ਮਗਰ ਪੈ ਜਾਓ, ਹੈ ਨਾ, ਪਰ ਹਾਂ ਤੁਸੀਂ ਆਪਣਾ ਰਿਐਕਸ਼ਨ ਜ਼ਰੂਰ ਦਿਓ ਵੀ ਤੂੰ ਇਹ ਚੀਜ਼ ਕੀਤੀ ਇਹ ਮੈਨੂੰ ਹਰਟ ਕਰ ਰਹੀ ਆ, ਜਾਂ ਤੂੰ ਇਹ ਚੀਜ਼ ਕੀਤੀ ਇਹ ਮੇਰੇ ਬਰਦਾਸ਼ਤ ਤੋਂ ਬਾਹਰ ਸੀਗੀ, ਹੈ ਨਾ। ਤਾਂ ਜੇ ਤੁਸੀਂ ਆਪ ਵੀ ਸ਼ਾਂਤੀ 'ਚ ਰਹਿਣਾ ਚਾਹੁੰਦੇ ਹੋ ਆਪਣੇ ਆਲੇ ਦੁਆਲੇ ਨੂੰ ਵੀ, ਆਪਣੇ ਰਿਸ਼ਤਿਆਂ ਨੂੰ ਵੀ, ਜ਼ਿਆਦਾਤਰ ਖਾਸ ਕਰਕੇ ਨਾ ਆਪਾਂ ਔਰਤਾਂ ਇਹ ਚੀਜ਼ਾਂ ਕਰਦੇ ਹਾਂ, ਸਾਨੂੰ ਲੱਗਦਾ ਹੁੰਦਾ ਕਿ ਹਰ ਇੱਕ ਦੀ ਨਜ਼ਰਾਂ 'ਚ ਚੰਗੇ ਬਣ ਕੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ, ਹੈ ਨਾ। ਤਾਂ ਆਪਾਂ ਉਹ ਸਾਰੀਆਂ ਚੀਜ਼ਾਂ ਵੀ ਆਪਣੇ 'ਤੇ ਝੱਲ ਲੈਂਦੇ ਹਾਂ ਜਿਹੜੀ ਕਿ ਆਪਣੀ ਕਪੈਸਿਟੀ ਨਹੀਂ ਹੁੰਦੀ, ਫਿਰ ਅਸੀਂ ਕਹਿੰਦੇ ਹਾਂ ਵੀ ਮੈਨੂੰ ਮਾਈਗ੍ਰੇਨ ਹੋ ਗਿਆ, ਮੈਨੂੰ ਡਿਪਰੈਸ਼ਨ ਹੋ ਰਿਹਾ। ਅਤੇ ਬਹੁਤ ਸਾਰੀਆਂ ਘਰਾਂ 'ਚ ਮੈਂ ਬੀਬੀਆਂ ਇਹੋ ਜਿਹੀਆਂ ਵੀ ਦੇਖੀਆਂ ਨੇ ਜਿਹੜੀਆਂ ਘਰ ਵਾਲਿਆਂ ਦਾ ਗੁੱਸਾ ਨਿਆਣਿਆਂ 'ਤੇ ਕੱਢ ਦਿੰਦੀਆਂ ਨੇ, ਅਤੇ ਉਹ ਨਿਆਣਿਆਂ 'ਤੇ ਜਿਹੜਾ ਤੁਸੀਂ ਰਿਐਕਸ਼ਨ ਦਿੰਦੇ ਹੋ ਨਾ ਅੱਗੇ ਜਾ ਕੇ, ਮੈਨੂੰ ਲੱਗਦਾ ਫਿਰ ਤੁਸੀਂ ਆਪਣਾ ਜਿਹੜਾ ਡਿਪਰੈਸ਼ਨ ਆ ਜਾਂ ਆਪਣਾ ਜਿਹੜਾ ਨੇਚਰ ਆ ਉਹ ਤੁਸੀਂ ਅਗਲੀ ਪੀੜ੍ਹੀ 'ਚ ਵੀ ਟ੍ਰਾਂਸਫਰ ਕਰ ਦਿੰਦੇ ਹੋ। ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਜੇ ਗੁੱਸਾ ਕਿਸੇ ਤਕੜੀ ਧਿਰ 'ਤੇ ਨਹੀਂ ਕੱਢਿਆ ਜਾ ਸਕਦਾ ਤਾਂ ਕਮਜ਼ੋਰ 'ਤੇ ਕੱਢਿਆ ਜਾ ਸਕਦਾ, ਹੈ ਨਾ। ਅਤੇ ਇਸ ਲਈ ਬਿਹਤਰ ਹੈ ਕਿ ਆਪਣੇ ਆਪ 'ਤੇ ਕੰਮ ਕਰੋ, ਜਿਹਦੇ ਨਾਲ ਹੈ ਉਹਦੇ 'ਤੇ ਰਿਐਕਸ਼ਨ ਦਿਵੋ, ਹੈ ਨਾ। ਦੁਨੀਆ ਨੇ ਤੁਹਾਨੂੰ ਇੱਕ ਦਿਨ ਤੁਹਾਡੇ ਬਾਰੇ ਗੱਲ ਹੋ ਸਕਦੀ ਹੈ, ਇੱਕ ਪਲ ਤੁਹਾਡੇ ਬਾਰੇ ਗੱਲ ਹੋ ਸਕਦੀ ਹੈ, ਇੱਕ ਘੰਟਾ ਤੁਹਾਡੇ ਬਾਰੇ ਗੱਲ ਕਰ ਹੋ ਸਕਦੀ ਆ। ਜੇ ਅੱਜ ਤੁਸੀਂ ਕੁਛ ਕਹਿ ਦੋਗੇ ਇਹ ਨਹੀਂ ਹੈਗਾ ਕਿ ਸਾਲ ਹੀ ਤੁਹਾਡੇ ਬਾਰੇ ਗੱਲ ਹੁੰਦੀ ਰਹੂਗੀ, ਹੈ ਨਾ। ਪਰ ਹਾਂ ਨਹੀਂ ਕਹੋਗੇ ਤਾਂ ਤੁਸੀਂ ਸਾਲਾਂ ਤੱਕ ਇਸ ਚੀਜ਼ ਨੂੰ ਭੁਗਤੀ ਜਾਓਗੇ ਅਤੇ ਉਹ ਤੋਂ ਬਾਹਰ ਆਉਣਾ ਜ਼ਰੂਰੀ ਆ। ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਕਈ ਵਾਰੀ ਸਾਹਮਣੇ ਵਾਲੇ ਬੰਦੇ ਨੂੰ ਨਹੀਂ ਪਤਾ ਲੱਗਦਾ ਹੈਗਾ ਵੀ ਮਤਲਬ ਅੱਛਾ ਮੈਂ ਕੋਈ ਗੱਲ ਕਹਿਤੀ, ਮੈਂ ਗੱਲ ਕਹਿ ਕੇ ਨਿਕਲ ਗਈ, ਪਰ ਮੈਨੂੰ ਨਹੀਂ ਨਾ ਪਤਾ ਵੀ ਤੁਸੀਂ ਉਸ ਚੀਜ਼ ਨੂੰ ਕਿੰਨਾ ਵੱਡਾ ਬਣਾ ਲਿਆ, ਹੈ ਨਾ, ਜਾਂ ਤੁਸੀਂ ਕਿੰਨੇ ਦਿਨ ਉਸ ਚੀਜ਼ ਨੂੰ ਆਪਣੇ ਦਿਮਾਗ 'ਚ ਰੱਖੋਗੇ, ਨਾ। ਉਸ ਚੀਜ਼ ਨੂੰ ਕੱਢ ਦਿਓ। ਹੋ ਸਕਦਾ ਹੈ ਵੀ ਜਿਵੇਂ ਥੋੜ੍ਹੇ ਟਾਈਮ ਥੋੜ੍ਹੇ ਦਿਨ ਪਹਿਲਾਂ ਅਸੀਂ ਘਰ ਮਤਲਬ ਅਸੀਂ ਦੋਵੇਂ ਹਸਬੈਂਡ ਵਾਈਫ ਗੱਲ ਕਰ ਰਹੇ ਸੀਗੇ ਅਤੇ ਅਸੀਂ ਕਿਹਾ ਵੀ ਮਤਲਬ ਵੀ ਇੱਦਾਂ ਮਤਲਬ ਇੰਨੀ ਜ਼ਿਆਦਾ ਆਪਾਂ ਮਤਲਬ ਮਿਸਅੰਡਰਸਟੈਂਡਿੰਗ ਜੀ ਆਪਣੇ 'ਚ ਕਿਉਂ ਹੋ ਜਾਂਦੀ ਹੈ ਕਈ ਵਾਰੀ। ਫਿਰ ਅਸੀਂ ਉਦੋਂ ਇਹ ਸਿੱਟਾ ਕੱਢਿਆ ਵੀ ਆਪਾਂ ਕਲੀਅਰ ਨਹੀਂ ਕਰਦੇ ਹੈਗੇ, ਗੱਲ ਨਹੀਂ ਕਲੀਅਰ ਕਰਦੇ ਹੈਗੇ। ਅਸਲ ਦੇ ਵਿੱਚ ਆਪਾਂ ਗੁੱਸਾ ਹੀ ਦਿਖਾਈ ਜਾਂਦੇ ਹਾਂ ਕਿ ਮੈਨੂੰ ਗੁੱਸਾ, ਪਰ ਗੁੱਸੇ ਦੀ ਵਜ੍ਹਾ ਕੀ ਆ ਅਸੀਂ ਉਹ ਕਦੇ ਨਹੀਂ ਦੱਸਦੇ ਇੱਕ ਦੂਜੇ ਨੂੰ, ਹੈ ਨਾ। ਅਤੇ ਮੈਨੂੰ ਲੱਗਦਾ ਵੀ ਜਿੱਦਣ ਦੀ ਅਸੀਂ ਉਹ ਗੱਲ ਕੀਤੀ ਠੀਕ ਆ, ਮੈਂ ਤੁਹਾਨੂੰ ਕੱਟ ਰਹੀ ਹਾਂ। ਮੈਨੂੰ ਪਤਾ ਕੀ ਲੱਗਦਾ ਹੁੰਦਾ, ਮੈਨੂੰ ਇਹ ਲੱਗਦਾ ਹੁੰਦਾ ਵੀ ਬਹੁਤ ਸਾਰੀਆਂ ਚੀਜ਼ਾਂ 'ਚ ਨਾ ਸਾਨੂੰ ਈਗੋ ਅਤੇ ਸੈਲਫ ਰਿਸਪੈਕਟ 'ਚ ਡਿਫਰੈਂਸ ਨਹੀਂ ਕਰਨਾ ਹੁੰਦਾ। ਕਈ ਵਾਰੀ ਅਸੀਂ ਬਹੁਤ ਛੋਟੀ ਜਿਹੀ ਚੀਜ਼ ਨੂੰ ਆਪਣੀ ਈਗੋ 'ਤੇ ਲੈ ਜਾਂਦੇ ਹਾਂ, ਅਸੀਂ ਕਹਿੰਦੇ ਵੀ ਇਹ ਤਾਂ ਮੇਰੀ ਸੈਲਫ ਰਿਸਪੈਕਟ ਨੂੰ ਹਰਟ ਕਰ ਗਈ, ਪਰ ਉਸ ਟਾਈਮ ਤੁਹਾਡੀ ਈਗੋ ਹਰਟ ਹੋਈ ਹੁੰਦੀ ਆ। ਅਤੇ ਕਈ ਵਾਰੀ ਇੱਦਾਂ ਹੁੰਦਾ ਵੀ ਤੁਹਾਨੂੰ ਪਤਾ ਹੁੰਦਾ ਵੀ ਇੱਥੇ ਮੈਂ ਗਲਤ ਹਾਂ, ਪਰ ਤੁਹਾਡੀ ਈਗੋ ਜਾ ਕੇ ਕਹਿਣ ਨਹੀਂ ਦਿੰਦੀ ਵੀ ਉੱਥੇ ਮੈਂ ਗਲਤ ਸੀ, ਹੈ ਨਾ। ਤਾਂ ਇੱਕ ਸਿੱਟਾ ਇਹ ਵੀ ਨਿਕਲਦਾ ਵੀ ਤੁਹਾਡਾ ਜਦੋਂ ਆਪਸੀ ਗੱਲਬਾਤ ਨਹੀਂ ਹੈਗੀ, ਤੁਹਾਡਾ ਕਮਿਊਨੀਕੇਸ਼ਨ ਵਧੀਆ ਨਹੀਂ ਹੈਗਾ, ਤਾਂ ਜ਼ਾਹਿਰ ਜਿਹੀ ਗੱਲ ਆ ਵੀ ਤੁਸੀਂ ਫਿਰ ਚੀਜ਼ਾਂ ਨੂੰ ਭਰਦੇ ਹੋ ਆਪਣੇ ਅੰਦਰ। ਹਾਂ, ਦੂਸਰੀ ਗੱਲ ਇਹ ਆ ਵੀ ਇੱਕ ਉਹ ਵੀ ਬਹੁਤ ਵੱਡੀ ਪ੍ਰੋਬਲਮ ਹੁੰਦੀ ਹੈ ਵੀ ਜਿਹੜੇ ਓਵਰ ਇਮੋਸ਼ਨਲ ਲੋਕ ਨੇਗੇ, ਹੈ ਨਾ, ਓਵਰ ਹੀ ਸੈਂਸਿਟਿਵ ਲੋਕ ਨੇਗੇ, ਤਾਂ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਸ਼ਾਇਦ ਮੰਨ ਲਓ ਵੀ ਮੈਂ ਬੈਠੀ ਹਾਂ, ਹੈ ਨਾ, ਮੈਨੂੰ ਇਹ ਲੱਗੀ ਜਾਊਗਾ ਵੀ ਇਹਨੇ ਗੱਲ ਮੈਨੂੰ ਸੁਣਾਈ ਆ, ਜੇ ਇਹਨੇ ਜੇ ਕੁਛ ਲਿਖਿਆ ਵਾ ਤਾਂ ਉਹ ਮੈਨੂੰ ਮਤਲਬ ਹਰਟ ਕਰਨ ਲਈ ਲਿਖਿਆ, ਹੈ ਨਾ, ਜਾਂ ਇਹਨੇ ਜੇ ਕੁਛ ਵੀ ਕੀਤਾ ਆ ਤਾਂ ਇਹਨੇ ਮੈਨੂੰ ਹਰਟ ਕਰਨ ਲਈ ਹੀ ਕੀਤਾ ਆ, ਹੈ ਨਾ। ਪਰ ਅਸਲ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਕਿ ਹਰ ਇੱਕ ਦੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ, ਤਾਂ ਉਹਨਾਂ ਨੇ ਆਪਦੀ ਲਾਈਫ ਦੇ ਹਿਸਾਬ ਨਾਲ ਕੁਛ ਚੀਜ਼ਾਂ ਕੀਤੀਆਂ ਹੁੰਦੀਆਂ ਨੇ ਅਤੇ ਦੂਜੇ ਬੰਦੇ ਨੂੰ ਇਹੀ ਲੱਗੀ ਜਾਂਦਾ ਹੁੰਦਾ। ਇਹ ਵੀ ਇੱਕ ਤਰ੍ਹਾਂ ਦੇ ਨਾਲ ਦਿਮਾਗੀ ਬਿਮਾਰੀ ਆ
ਵੀ ਜਿਹੜੀ ਸਾਨੂੰ ਲੱਗੀ ਜਾਂਦਾ ਹੁੰਦਾ ਕਿ ਆਲਾ ਦੁਆਲਾ ਸਾਰਾ ਮੈਨੂੰ ਹੀ ਟਾਰਗੇਟ ਕਰੀ ਜਾ ਰਿਹਾ ਵਾ ਹੈ ਨਾ। ਸੋ ਇਹਨਾਂ ਚੀਜ਼ਾਂ 'ਤੇ ਵੀ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੁੰਦੀ ਹੈ, ਉਹ ਕੋਈ ਨਹੀਂ ਕਰ ਸਕਦਾ, ਉਹ ਮੈਂ ਹੀ ਕਰ ਸਕਦੀ ਹਾਂ। ਸਮਝ ਲਓ ਵੀ ਜਿਵੇਂ ਤੁਹਾਡਾ ਇੱਕ ਮੇਰੇ ਤੋਂ ਅਲੱਗ ਸਵਾ, ਉਦਾਂ ਮੇਰਾ ਇੱਕ ਅਲੱਗ ਸਵਾ ਹੈ ਨਾ। ਪਰ ਮੇਰਾ ਸਵਾ ਇੱਦਾਂ ਦਾ ਨਹੀਂ ਹੋਣਾ ਚਾਹੀਦਾ ਵੀ ਕੋਈ ਬੰਦਾ ਮੇਰੇ ਨਾਲ ਕੋਈ ਗੱਲ ਕਰਨ ਤੋਂ ਪਹਿਲਾਂ ਵੀ 100 ਵਾਰ ਸੋਚੇ ਵੀ ਬਈ ਕਿਤੇ ਦਿਲ ਤੇ ਲਾ ਗਿਆ ਤਾਂ ਸਿੱਪਾ ਹੀ ਖੜਾ ਹੋ ਜੂ। ਹਾਂ ਸਹੀ ਗੱਲ। ਉਹ ਮੈਨੂੰ ਲੱਗਦਾ ਵੀ ਸੱਚੀ ਫਿਰ ਤੁਸੀਂ ਨਾ ਇੱਕ ਮਿੱਠੀ ਜ਼ਹਿਰ ਵਰਗੇ ਹੋ ਜਾਂਦੇ ਹੋ ਬੰਦੇ ਲਈ, ਵੀ ਉਹਦਾ ਤੁਹਾਡੇ ਬਿਨਾਂ ਸਰਦਾ ਵੀ ਨਹੀਂ, ਪਰ ਉਹਨੂੰ ਹਜ਼ਾਰ ਵਾਰ ਸੋਚਣਾ ਪੈਂਦਾ ਵੀ ਇਹਦੇ ਨਾਲ ਗੱਲ ਕਿਹੜੇ ਢੰਗ ਦੀ ਕਰਾਂ। ਬਿਲਕੁਲ। ਅਤੇ ਦੂਜੀ ਗੱਲ ਲਾਈਫ 'ਚ ਮਤਲਬ ਹਰ ਬੰਦੇ ਦੀ ਜ਼ਿੰਦਗੀ 'ਚ ਜਦੋਂ ਤੁਸੀਂ ਇੱਕ ਜ਼ਿੰਦਗੀ 'ਚ ਅੱਗੇ ਵੱਧਦੇ ਹੋ ਤੁਹਾਡੇ ਨਾਲ ਬਹੁਤ ਸਾਰੇ ਹਾਦਸੇ ਵੀ ਵਾਪਰਦੇ ਨੇ, ਤੁਹਾਡੇ ਨਾਲ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਵਾਪਰਦੀਆਂ ਨੇ ਹੈ ਨਾ। ਪਰ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਚੰਗੀਆਂ ਚੀਜ਼ਾਂ ਨੂੰ ਐਕਸੈਪਟ ਕਰਦੇ ਹੋ ਤਾਂ ਤੁਹਾਨੂੰ ਹਾਦਸਿਆਂ ਨੂੰ ਵੀ ਐਕਸੈਪਟ ਕਰਨਾ ਚਾਹੀਦਾ ਆ। ਹਾਂ ਹੁੰਦਾ ਆ, ਸਾਡਾ ਮਤਲਬ ਅਸੀਂ ਆਮ ਇਨਸਾਨ ਹੈ ਨਾ, ਉਹਨਾਂ ਚੀਜ਼ਾਂ 'ਤੇ ਅਸੀਂ ਰਿਐਕਟ ਕਰਾਂਗੇ। ਪਰ ਇਹ ਨਾ ਹੋਵੇ ਕਿ ਜੇ ਮੇਰੀ ਲਾਈਫ 'ਚ ਕੋਈ ਔਖਾ ਸਮਾਂ ਆਇਆ ਹੈ ਨਾ ਤਾਂ ਮੈਂ ਆਪ ਤਾਂ ਤੰਗ ਹੈਗਾ ਹੀ ਹੈਗਾ, ਤਾਂ ਮੈਂ ਤੁਹਾਨੂੰ ਮਜਬੂਰਨ ਕਹਾਂ ਵੀ ਤੂੰ ਵੀ ਤੰਗ ਹੋ ਕਿਉਂਕਿ ਮੈਂ ਖੁਸ਼ ਨਹੀਂ ਹਾਂ। ਤੂੰ ਮੈਨੂੰ 10-10 ਮਿੰਟ ਬਾਅਦ ਪੁੱਛਦਾ ਰਿਹਾ ਵੀ ਹੁਣ ਤੂੰ ਠੀਕ ਆ, ਠੀਕ ਮਹਿਸੂਸ ਹੋ ਰਿਹਾ, ਜਾਂ ਮੈਂ ਤੈਨੂੰ ਤਰਸ ਦਾ ਪਾਤਰ ਬਣਾਉਣਾ ਬਾਰ ਬਾਰ ਕਹਾਂ ਵੀ ਤੇਰੇ ਨਾਲ ਤਾਂ ਬਹੁਤ ਜ਼ਿਆਦਾ ਬੁਰਾ ਹੋ ਗਿਆ ਜ਼ਿੰਦਗੀ 'ਚ ਹੈ ਨਾ। ਤਾਂ ਮੈਨੂੰ ਲੱਗਦਾ ਕਿਤੇ ਨਾ ਜਿਵੇਂ ਅਸੀਂ ਖੁਰਾਕ ਗਲਤ ਚੁਣ ਲੈਂਦੇ ਹਾਂ, ਅਸੀਂ ਦੂਜੇ ਤੋਂ ਸੁਣਨਾ ਵੀ ਗਲਤ ਚੁਣ ਲੈਂਦੇ ਹਾਂ ਵੀ ਤੂੰ ਮੈਨੂੰ ਹਰ ਵਕਤ ਕਹਿੰਦਾ ਰਹੇ ਵੀ ਵਿਚਾਰਾ ਕਿੰਨਾ ਔਖਾ ਹੈ, ਵਿਚਾਰੇ ਨੇ ਕਿੰਨਾ ਕੁਛ ਕਰਿਆ। ਕਿਉਂਕਿ ਸਾਡੀ ਜਿਹੜੀ ਮਾਨਸਿਕ ਸੰਤੁਸ਼ਟੀ ਹੋਈ ਉਹਨਾਂ ਚੀਜ਼ਾਂ ਨੂੰ ਹੁੰਦੀ ਵੀ ਜਦੋਂ ਸਾਰਿਆਂ ਨੂੰ ਇਹ ਲੱਗਣ ਲੱਗ ਜਾਵੇ ਵੀ ਹਾਂ ਇਹ ਤਾਂ ਬਹੁਤ ਤੰਗ ਆ ਹੈ ਨਾ। ਪਰ ਅਸਲ ਦੇ ਵਿੱਚ ਸਾਰੇ ਆਪਣੀ ਲਾਈਫ ਦੇ ਵਿੱਚ ਇੰਨੇ ਜ਼ਿਆਦਾ ਰੁੱਝੇ ਹੋਏ ਹੁੰਦੇ ਨੇ, ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਮਸਲੇ ਹੁੰਦੇ ਨੇਗੇ। ਹੋ ਸਕਦਾ ਵੀ ਮੈਂ ਤੁਹਾਡੇ ਲਈ ਉਹ ਚੀਜ਼ਾਂ ਮਹਿਸੂਸ ਕਰਦੀ ਹੋਵਾਂ, ਪਰ ਮੇਰੀ ਜ਼ਿੰਦਗੀ 'ਚ ਜੋ ਚੱਲ ਰਿਹਾ, ਜਿੰਨੇ ਮਸਲੇ ਮੇਰੀ ਜ਼ਿੰਦਗੀ 'ਚ ਚੱਲ ਰਹੇ ਨੇ, ਉਹ ਮੈਨੂੰ ਅਲਾਓ ਹੀ ਨਹੀਂ ਕਰ ਰਹੇ ਹੈਗੇ ਤੁਹਾਨੂੰ ਇਹ ਕਹਿਣ ਲਈ ਵੀ ਹਾਂ ਤੇਰਾ ਦੁੱਖ ਤਾਂ ਬਹੁਤ ਵੱਡਾ ਆ। ਦੇਖੋ ਗੁਰਦੀਪ, ਤੁਸੀਂ ਰੋਵੋਗੇ ਨਾ ਮੈਂ ਵੱਧ ਤੋਂ ਵੱਧ ਤੁਹਾਡੇ ਨਾਲ ਅੱਧਾ ਘੰਟਾ ਬੈਠ ਕੇ ਰੋ ਸਕਦੀ ਹਾਂ ਨਾ, ਪਰ ਤੁਸੀਂ ਹੱਸਦੇ ਹੋਵੋਗੇ ਤਾਂ ਮੈਂ ਪੂਰਾ ਦਿਨ ਤੁਹਾਡੇ ਨਾਲ ਹੱਸ ਸਕਦੀ ਹਾਂ ਨਾ। ਇੱਕ ਸਭ ਤੋਂ ਵਧੀਆ ਫੰਡਾ ਹੈ ਕਿ ਤੁਸੀਂ ਦੂਜਿਆਂ ਨੂੰ ਦੱਸਣਾ ਕੀ ਆ ਅਤੇ ਸੁਣਨਾ ਕੀ ਆ। ਪਰ ਇੱਥੇ ਮੈਨੂੰ ਲੱਗਦਾ ਵੀ ਇੱਥੋਂ ਹੀ ਸਮਝ ਲੈਣਾ ਚਾਹੀਦਾ ਸਾਨੂੰ ਵੀ ਕੋਈ ਤੁਹਾਡੀ ਕਿਹੜੀ ਚੀਜ਼ 'ਚ ਜ਼ਿਆਦਾ ਸਮਾਂ ਤੁਹਾਡੇ ਨਾਲ ਸੌਖਿਆਂ ਕੱਢ ਸਕਦਾ ਹੈ ਨਾ। ਤਾਂ ਆਪਣੀ ਸੁਭਾਅ ਨੂੰ ਤੁਸੀਂ ਜ਼ਿੰਦਾ ਦਿਲੀ ਵਾਲਾ ਰੱਖੋ, ਜੇ ਚੜ੍ਹਦੀ ਕਲਾ 'ਚ ਰਹਿਣਾ ਮੈਨੂੰ ਲੱਗਦਾ ਜਿਵੇਂ ਆਪਾਂ ਹਰ ਵਾਰ ਗੱਲ ਕਰਦੇ ਹਾਂ ਇੱਕ ਬਹੁਤ ਵੱਡਾ ਹੁਨਰ ਆ, ਅਤੇ ਜਿਹੜਾ ਬੰਦਾ ਛੇਤੀ ਅਪਣਾ ਲੂਗਾ ਤਾਂ ਬਹੁਤ ਸੌਖਾ ਰਹਿ। ਬਿਲਕੁਲ। ਮੈਨੂੰ ਨਹੀਂ ਪਤਾ ਵੀ ਅਸੀਂ ਜੋ ਚੀਜ਼ ਕਹਿਣਾ ਚਾਹੁੰਦੇ ਸੀ ਉਹਨੂੰ ਅਸੀਂ ਕਿਸ ਹੱਦ ਤੱਕ ਸਪਸ਼ਟ ਤਰੀਕੇ ਨਾਲ ਕਹਿ ਵੀ ਸਕੇ ਜਾਂ ਨਹੀਂ ਕਹਿ ਸਕੇ, ਕਿਉਂਕਿ ਅਸੀਂ ਸਾਈਕੋਲੋਜਿਸਟ ਜਾਂ ਸਾਈਕੈਟਰਿਸਟ ਨਹੀਂ ਆ। ਪਰ ਅਸੀਂ ਗੱਲ ਕਰਨਾ ਚਾਹੁੰਦੇ ਸੀਗੇ ਵੀ ਸਾਡਾ ਲੋੜ ਤੋਂ ਜ਼ਿਆਦਾ ਭਾਵੁਕ ਹੋਣਾ ਵੀ ਕਈ ਵਾਰੀ ਸਾਡੇ ਲਈ ਨੁਕਸਾਨ ਬਣ ਜਾਂਦਾ ਆ, ਸਾਡੇ ਲਈ ਤਾਂ ਬਣਦਾ ਹੀ ਬਣਦਾ, ਸਾਡੇ ਆਲੇ ਦੁਆਲੇ ਲਈ ਵੀ ਉਹ ਨੁਕਸਾਨ ਬਣ ਜਾਂਦਾ ਆ ਨਾ। ਕੋਈ ਤੁਹਾਡੇ ਦਿਲ 'ਚ ਕੋਈ ਗੱਲ ਆ ਤਾਂ ਤੁਸੀਂ ਉਹਨੂੰ ਜਾ ਕੇ ਅਗਲੇ ਦੇ ਨਾਲ, ਦੂਜੇ ਬੰਦੇ ਦੇ ਨਾਲ ਜਾ ਕੇ ਕਲੀਅਰ ਕਰੋ, ਇਸ ਤੋਂ ਪਹਿਲਾਂ ਕਿ ਮਤਲਬ ਤੁਸੀਂ ਆਪਣੇ ਮਨ 'ਚ ਗੱਲ ਰੱਖੀ ਬੈਠੇ ਉਹ ਦੂਜੇ ਨੂੰ ਪਤਾ ਤੱਕ ਹੈ ਨਹੀਂ। ਚੀਜ਼ਾਂ ਬਹੁਤ ਜ਼ਿਆਦਾ ਵੱਡੀਆਂ ਹੋ ਜਾਣ, ਇੰਨੀਆਂ ਵੱਡੀਆਂ ਹੋ ਜਾਣ ਵੀ ਜਦੋਂ ਫਿਰ ਉਹ ਮਤਲਬ ਐਂਡ ਮੂਮੈਂਟ 'ਤੇ ਆਉਣ ਅਤੇ ਉਹ ਖਰਾਬ ਹੋ ਜਾਣ ਹੈ ਨਾ। ਸੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕਿਸੇ ਦੀ ਕਹੀ ਗੱਲ ਬੁਰੀ ਲੱਗੀ, ਤੁਹਾਨੂੰ ਸਾਹਮਣੇ ਵਾਲੇ ਨਾਲ ਜਾ ਕੇ ਜ਼ਰੂਰ ਇਹ ਕਲੀਅਰ ਕਰਨਾ ਚਾਹੀਦਾ ਕਿ ਮੈਨੂੰ ਇਹ ਚੀਜ਼ ਬੁਰੀ ਲੱਗੀ, ਕੀ ਤੁਸੀਂ ਇਸੇ ਇੰਟੈਂਸ਼ਨ ਦੇ ਨਾਲ ਕਹੀ ਸੀਗੀ, ਹੈ ਨਾ। ਤਾਂ ਮੈਨੂੰ ਲੱਗਦਾ ਉੱਥੇ ਚੀਜ਼ਾਂ ਖਤਮ ਹੋ ਜਾਂਦੀਆਂ ਨੇ। ਮੰਨ ਲਓ ਤੁਹਾਡਾ ਕਿਸੇ ਨਾਲ ਗੁੱਸਾ ਵੀ ਆ ਨਾ, ਤਾਂ ਉਹ ਗੁੱਸੇ ਦੀ ਉਮਰ ਆ ਜਿਹੜੀ ਬਹੁਤ ਛੋਟੀ ਰੱਖੋ, ਤਾਂ ਕਿ ਤੁਹਾਡੇ ਰਿਸ਼ਤੇ ਨੇ ਉਹ ਸੁਖਾਲੇ ਰਹਿਣ ਅਤੇ ਤੁਸੀਂ ਖੁਦ ਵੀ ਸੁਖਾਲੇ ਰਹੋ, ਹੈ ਨਾ। ਦੂਸਰੀ ਗੱਲ, ਲਾਈਫ 'ਚ ਕਈ ਵਾਰੀ ਸਾਡੇ ਬਹੁਤ ਵਧੀਆ ਲਾਈਫ ਚੱਲਦੀ ਨਾ, ਕੋਈ ਬਹੁਤ ਮਾੜੀ ਚੀਜ਼ ਵਾਪਰ ਜਾਂਦੀ, ਰੱਬ ਨਾ ਕਰੇ ਕਦੇ ਵੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਹੋਵੇ, ਕਿਸੇ ਨੂੰ ਕੋਈ ਬਹੁਤ ਵੱਡਾ ਰੋਗ ਹੀ ਲੱਗ ਗਿਆ, ਹੈ ਨਾ। ਤਾਂ ਅਸੀਂ ਉਸ ਚੀਜ਼ ਨੂੰ ਇੰਨਾ ਵੱਡਾ ਬਣਾ ਲੈਂਦੇ ਹਾਂ ਨਾ, ਜਾਂ ਮੈਨੂੰ ਲੱਗਦਾ ਫਿਰ ਉਹ ਸਾਨੂੰ ਦੂਜਾ ਬੰਦਾ ਹੱਸਦਾ ਵੀ ਬਹੁਤ ਬੁਰਾ ਲੱਗਦਾ ਹੈ ਨਾ, ਵੀ ਜੇ ਮੈਂ ਦੁਖੀ ਹਾਂ ਤਾਂ ਦੂਜੇ ਨੂੰ ਵੀ ਨਹੀਂ ਹੱਸਣਾ ਚਾਹੀਦਾ। ਨਹੀਂ, ਉਹ ਤੁਹਾਡੀ ਜ਼ਿੰਦਗੀ ਦੀ ਤਕਲੀਫ ਆ ਅਤੇ ਤੁਹਾਨੂੰ ਹੀ ਕੱਟਣੀ ਪੈਣੀ ਆ, ਹੈ ਨਾ। ਦੂਜਾ ਬੰਦਾ ਤੁਹਾਡੇ ਨਾਲ ਇੱਕ ਮੋਰਲ ਸਪੋਰਟ ਬਣ ਕੇ ਖੜ੍ਹਾ ਹੋ ਸਕਦਾ, ਪਰ ਇਹ ਨਹੀਂ ਹੈਗਾ ਵੀ ਜੇ ਤੁਸੀਂ ਰੋ ਰਹੇ ਹੋ ਤਾਂ ਸਾਹਮਣੇ ਵਾਲਾ ਵੀ ਰੋਵੇ। ਸੋ ਇਹ ਕੁਛ ਚੀਜ਼ ਆਪਾਂ ਕਰਨੀਆਂ ਚਾਹੁੰਦੇ ਸੀਗੇ ਕਿ ਕਈ ਵਾਰ ਸਾਡੇ ਸੁਭਾਅ ਦਾ ਇੱਕ ਛੋਟਾ ਜਿਹਾ ਹਿੱਸਾ ਜਿਹੜਾ ਹੁੰਦਾ ਉਹਦੇ ਨਾਲ ਅਸੀਂ ਆਪ ਤੰਗ ਹੁੰਦੇ ਹਾਂ, ਅਤੇ ਨਾਲ ਦੀ ਨਾਲ ਸਾਡਾ ਜਿਹੜਾ ਆਲਾ ਦੁਆਲਾ ਸਾਡਾ ਪਰਿਵਾਰ ਆ, ਦੋਸਤ ਮਿੱਤਰ ਨੇ, ਉਹ ਵੀ ਬਹੁਤ ਜ਼ਿਆਦਾ ਤੰਗ ਹੋ ਜਾਂਦੇ ਨੇ। ਸੋ ਇਹਨਾਂ ਚੀਜ਼ਾਂ ਨੂੰ ਅਸੀਂ ਬਦਲ ਸਕਦੇ ਹਾਂ ਅਤੇ ਸਾਨੂੰ ਬਦਲਣੀਆਂ ਜ਼ਰੂਰ ਚਾਹੀਦੀਆਂ ਨੇ। ਮੈਨੂੰ ਗੁਰਦੀਪ ਗਰੇਵਾਲ ਨੂੰ, ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਇਜਾਜ਼ਤ ਦੇ ਦਿਓ ਅਤੇ ਸਾਨੂੰ ਹਮੇਸ਼ਾ ਦੀ ਤਰ੍ਹਾਂ ਉਡੀਕ ਰਹੇਗੀ ਤੁਹਾਡੇ ਕਮੈਂਟਸ ਦੀ। ਤੁਸੀਂ ਵੀ ਆਪਣਾ ਵਿਚਾਰ ਜਾਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ। ਸਤਿ ਸ਼੍ਰੀ ਅਕਾਲ।